ਜਗਰਾਓਂ ਵਿਧਾਨਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਗਈ ਸੀਟ ਤੇ ਬੀਬੀ ਅਮਰਜੀਤ ਕੌਰ ਸਹੋਕੇ ਨੂੰ ਆਪਣੇ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ, ਜਿਸ ਨਾਲ ਜਗਰਾਓਂ ਹਲਕੇ ਦੇ ਲੋਕਾਂ 'ਚ ਖੁਸ਼ੀ ਜੀ ਦੀ ਲਹਿਰ ਦੌੜ ਗਈ ਹੈ। ਆਪਣੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਬੀਬੀ ਅਮਰਜੀਤ ਕੌਰ ਨੇ ਜਗਰਾਓਂ ਦੇ ਗੁਰਦੁਆਰਾ ਨਾਨਕਸਰ ਕਲੇਰਾਂ 'ਚ ਪੁੱਜ ਕੇ ਮੱਥਾ ਟੇਕਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਉਹਨਾਂ ਜਗਰਾਓਂ ਦੀ ਲੋਕਲ ਲੀਡਰਸ਼ਿਪ ਨਾਲ ਮਿਲ ਕੇ ਅੱਗੇ ਦੀ ਚੋਣ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਲੀਡਰਸ਼ਿਪ ਵੱਲੋਂ ਉਹਨਾਂ 'ਤੇ ਜਿਤਾਏ ਗਏ ਵਿਸ਼ਵਾਸ ਨੂੰ ਬਹਾਲ ਰੱਖਣ ਦੀ ਗੱਲ ਕਹੀ। ਮੈਂ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸਾਡੇ ਮੁੱਖ ਮੰਤਰੀ, ਉਹਨਾਂ ਦਾ ਧੰਨਵਾਦ ਕਰਦੀ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਪਾਰਟੀ ਪ੍ਰਧਾਨ ਜੀ ਦਾ, ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਅਤੇ ਬਹੁਤ ਵੱਡਾ ਹੁੰਗਾਰਾ ਜਿਹੜਾ ਇਸ ਹਲਕੇ ਤੋਂ ਮੈਨੂੰ ਮਿਲ ਰਿਹਾ ਅਤੇ ਮੈਂ ਇਹ ਜਿਹੜੀ ਸੀਟ ਹੈ ਤਨਦੇਹੀ ਨਾਲ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਝੋਲੀ ਵਿੱਚ ਪਾਉਂਗੀ ਅਤੇ ਆਪਣੇ ਇਸ ਹਲਕੇ ਨੂੰ ਵੱਡੀ ਪੱਧਰ 'ਤੇ ਕੰਮ ਕਰਕੇ ਮੈਂ ਜਿਹੜਾ ਇਹ ਸਾਰਾ ਹਲਕਾ ਹੈ ਉਹਨੂੰ ਆਪਣੇ ਨਾਲ ਲੈ ਕੇ ਚੱਲੂੰਗੀ, ਪੂਰੀ ਜਥੇਬੰਦੀ ਨੂੰ ਨਾਲ ਲੈ ਕੇ ਚੱਲੂੰਗੀ। ਅੱਜ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਪੂਰੇ ਹਲਕੇ ਦੀ ਜਿਹੜੀ ਨੁਹਾਰ ਹੈ ਇਹ ਬਦਲ ਦਿੱਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਪਾਰਟੀ ਪ੍ਰਧਾਨ ਨੇ, ਉਹਨਾਂ ਨੇ 70 ਟਿਕਟਾਂ ਐਲਾਨ ਕਰਕੇ ਵਿਰੋਧੀ ਧਿਰਾਂ ਨੂੰ ਇਹ ਭਾਜੜਾਂ ਪਾ ਦਿੱਤੀਆਂ। ਇੰਨਾ ਵੱਡਾ ਕੌਨਫੀਡੈਂਸ ਆ ਪਾਰਟੀ ਦਾ ਅਤੇ ਆਉਣ ਵਾਲੇ ਸਮੇਂ ਦਾ ਇਹ ਸੰਕੇਤ ਹੈ ਕਿ ਪਾਰਟੀ ਵੱਲੋਂ ਇਕੱਠੀਆਂ 70 ਟਿਕਟਾਂ ਅਨਾਊਂਸ ਕਰਨ ਦਾ। ਅਸੀਂ ਇਸ ਗੱਲ ਲਈ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਇੱਕ ਬਹੁਤ ਹੀ ਕਾਬਲ ਅਤੇ ਐਕਸਪੀਰੀਅੰਸ ਜਿਹੜੇ ਪੜ੍ਹੇ ਲਿਖੇ ਬੀਬੀ ਅਮਰਜੀਤ ਕੌਰ ਸਾਹੋਕੇ ਜੀ ਨੂੰ ਸਾਡੇ ਇੱਥੇ ਉਹਨਾਂ ਨੇ ਉਮੀਦਵਾਰ ਦੇ ਤੌਰ 'ਤੇ ਉਤਾਰਿਆ। ਅੱਜ ਪਹਿਲਾ ਦਿਨ ਹੈ ਇਹਨਾਂ ਦਾ ਇਹ ਸਾਡੇ ਹਲਕੇ ਦੇ ਵਿੱਚ ਦੌਰਾ ਕਰਨ ਦਾ ਅਤੇ ਅਸੀਂ ਇਹ ਦੇਖਿਆ ਕਿ ਸਾਰੀ ਸਮੁੱਚੀ ਲੀਡਰਸ਼ਿਪ ਉਹਨਾਂ ਇਹਨਾਂ ਦੇ ਮਨ ਦੇ ਅੰਦਰ ਇੱਕ ਖਿਆਲ ਸੀ, ਉਹਨਾਂ ਦਾ ਸਤਿਕਾਰ ਆ ਜਥੇਬੰਦੀ ਪ੍ਰਤੀ ਹਰੇਕ ਲੀਡਰ ਦੇ ਅਤੇ ਸਾਰੇ ਜਿੰਨੇ ਵਰਕਰ ਆ ਸੀਨੀਅਰ ਸਾਰਿਆਂ ਦੇ ਘਰ ਜਾ ਕੇ ਉਹਨਾਂ ਦਾ ਜਿੱਥੇ ਇਹਨਾਂ ਨੇ ਮਾਣ ਵਧਾਇਆ ਅਤੇ ਉਹਨਾਂ ਤੋਂ ਬਹੁਤ ਵੱਡਾ ਸਮਰਥਨ ਵੀ ਮਿਲ ਰਿਹਾ। ਅਤੇ ਮੈਂ ਇਹ ਦੇਖ ਰਿਹਾ ਕਿ ਅੱਜ ਜਿਹੜਾ ਸਮਰਥਨ ਬੀਬੀ ਜੀ ਨੂੰ ਇਸ ਹਲਕੇ 'ਚੋਂ, ਜਗਰਾਓਂ ਹਲਕੇ 'ਚੋਂ ਮਿਲਿਆ, ਇਹ ਇੱਕ ਲਾਮਿਸਾਲ ਹੈ ਅਤੇ ਆਉਣ ਵਾਲੇ ਦਿਨ ਦੇ ਅੰਦਰ ਬਹੁਤ ਵੱਡੀ ਜਿੱਤ ਦਾ ਸੰਕੇਤ ਆ ਜਿਹੜਾ ਕਿ 2017 'ਚ ਤੀਜੀ ਵਾਰ ਲਗਾਤਾਰ ਅਕਾਲੀ ਭਾਜਪਾ ਦੀ ਸਰਕਾਰ ਬਣ ਜਾ ਰਹੀ ਹੈ। ਜਗਰਾਓਂ ਹਲਕੇ ਤੋਂ ਦੁਬਾਰਾ ਫਿਰ ਅਸੀਂ ਜਗਰਾਓਂ ਦੇ ਜਿੰਨੇ ਹਲਕਾ ਨਿਵਾਸੀ ਆ ਉਹ ਲੋਕਾਂ ਨੂੰ ਨਾਲ ਲੈ ਕੇ ਬਹੁਤ ਵੱਡੇ ਸਮਰਥਨ ਨਾਲ ਬੀਬੀ ਸਾਹੋਕੇ ਦੀ ਜਿੱਤ ਜਿਹੜੀ ਆ ਉਹ ਦਰਜ ਕਰਾਉਂਗੇ। ਠੀਕ ਹੈ। ਨਿਊਜ਼ ਡੈਸਕ ਤੋਂ ਰਾਜੀਵ ਸ਼ਰਮਾ ਦੇ ਨਾਲ ਜਗਰਾਓਂ ਤੋਂ ਰਾਮ ਚਾਵਲਾ ਦੀ ਰਿਪੋਰਟ, ਪੰਜਾਬ ਨਾਓ।